ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਰੇ ਮੀਡੀਆ ਨੂੰ ਜਿੰਨੇ ਵੀ ਅੱਜ ਇੱਥੇ ਪਹੁੰਚੇ ਹੋ ਸਿਰਾ ਐਂਟਰਟੇਨਮੈਂਟ ਵੱਲੋਂ ਅਤੇ ਪੈਵੀ ਵਿਰਕ ਅਤੇ ਸੋਲਮੇਟ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਅਤੇ ਥੈਂਕਸ ਕਰਦੇ ਹਾਂ ਕਿ ਤੁਸੀਂ ਇੱਥੇ ਪਹੁੰਚੇ ਹੋ। ਸੋਸ਼ਲ ਮੀਡੀਆ 'ਤੇ ਹੋਰ ਵੀ ਕਾਫੀ ਕਪਲਸ ਜਿਵੇਂ ਪਾਪੂਲਰ ਨੇ, ਮਤਲਬ ਕਾਫੀ ਜ਼ਿਆਦਾ ਕਪਲਸ ਆ ਜਿਹੜੇ ਰੀਲਸ 'ਤੇ ਟਿਕਟੋਕ 'ਤੇ ਫੇਮਸ ਹੋਏ ਨੇ, ਤਾਂ ਤੁਹਾਡੀ ਟੀਮ ਤੋਂ ਇਹ ਸਵਾਲ ਹੈ ਮਿਸਟਰ ਐਂਡ ਮਿਸਿਸ ਨਰੂਲਾ ਹੀ ਕਿਉਂ? ਐਕਚੁਅਲੀ ਮੈਮ ਸਾਡਾ ਨਾ ਜਿਹੜਾ ਇਸ ਤੋਂ ਪਹਿਲਾਂ ਵਾਲਾ ਟਰੈਕ ਸੀ, ਮਤਲਬ ਮੈਂ ਰਾਈਟ ਰੀਜ਼ਨ ਦੱਸਦਾ, ਤੁਸੀਂ ਇੰਸਟਾਗ੍ਰਾਮ ਉਹ ਵੀ ਓਪਨ ਕਰ ਲਿਓ ਨਾਲ ਹੀ। ਸਾਡਾ ਚਾਬੀਆਂ ਸੌਂਗ ਸੀਗਾ, ਮੇ ਬੀ ਤੁਸੀਂ ਸੁਣਿਆ ਹੋਵੇ, ਆਈ ਡੋਂਟ ਨੋ, ਸੁਣਿਆ ਹੋਊਗਾ ਸ਼ਾਇਦ। ਅਤੇ ਉਹ ਚਾਬੀਆਂ ਸੌਂਗ ਵਿਦਾਈ 'ਤੇ ਸੀਗਾ, ਤਾਂ ਅਸੀਂ ਪ੍ਰਮੋਸ਼ਨ ਲਈ ਭਾਜੀ ਨੂੰ ਕਿਹਾ, ਇਹਨਾਂ ਨੇ ਇੱਕ ਪ੍ਰਮੋਸ਼ਨ ਕਰੀ ਉਸ ਸੌਂਗ ਦੀ, ਆਈ ਥਿੰਕ ਉਹ 80 ਮਿਲੀਅਨ ਹੋ ਗਏ, ਉਹ ਸਿਰਫ ਇੱਕ ਕਲਿੱਪ 80 ਮਿਲੀਅਨ ਹੋ ਚੁੱਕਿਆ ਜੀ। ਤਾਂ ਸਾਨੂੰ ਲੱਗਿਆ ਕਿ ਯਾਰ ਮਤਲਬ ਸਾਡਾ ਨੈਕਸਟ ਸੌਂਗ ਇਹ ਪਲੈਨ ਦੇ ਵਿੱਚ ਸੀਗਾ ਹੀ, ਸ਼ੇਰੇ ਵੀਰੇ ਨਾਲ ਗੱਲ ਕਰੀ ਹੋਈ ਸੀਗੀ, ਹੈ ਨਾ, ਪਹਿਲਾਂ ਹੀ ਅਸੀਂ। ਅਤੇ ਤਾਂ ਫਿਰ ਉਹ ਬਸ ਕਲਿੱਕ ਹੋ ਗਿਆ ਕਿ ਲੈਟਸ ਡੂ ਵਿਦ ਦੈਮ। ਅੱਛਾ, ਇਹ ਜਿਹੜਾ ਸੌਂਗ ਸ਼ੂਟ ਹੋਇਆ, ਜਿਵੇਂ ਰੀਤ ਹੁਣ ਸਭ ਜਾਣਦੇ ਕੈਨੇਡਾ ਨੇ, ਤੇ ਪਿੱਛੇ ਜੋ ਤੁਹਾਡੀ ਸਿਸਟਰ ਦੀ ਇੰਗੇਜਮੈਂਟ ਵਾਸਤੇ ਵਾਪਿਸ ਆਏ ਸੀ, ਸੋ ਉਸ ਦੌਰਾਨ ਇਹ ਸ਼ੂਟ ਹੋਇਆ ਜਾਂ ਪਹਿਲਾਂ ਹੀ ਹੋ ਚੁੱਕਾ ਸੀ ਕੈਨੇਡਾ ਜਾਣ ਤੋਂ? ਨਹੀਂ, ਇਹ ਤਾਂ ਹੁਣੀ ਹੋਇਆ ਹਾਲੇ ਸ਼ੂਟ, ਜਸਟ ਥੋੜੇ ਦਿਨ ਹੀ ਹੋਇਆ ਨਾ ਸ਼ੂਟ ਹੋਇਆ ਤਾਂ। ਸਾਡੀ ਟੀਮ ਇੰਨੀ ਫਾਸਟ ਹੈ, 24 ਆਰਚ ਵੀਡੀਓ ਸ਼ੂਟ ਕਰਕੇ ਰਿਲੀਜ਼ ਕਰ ਦਿੰਦੀ ਹੈ। ਉਹ ਆਏ ਹੋਏ ਸੀ ਉਦੋਂ ਹੀ ਕਰਿਆ, ਆਈ ਥਿੰਕ 5-10 ਦਿਨ ਹੋਏ ਹੋਣੇ ਪਹਿਲਾਂ। ਤੇ ਬਸ ਲਾਈਕ ਸਾਡਾ ਇਦਾਂ ਸੀਗਾ ਕਿ ਸਵੇਰੇ ਸ਼ੂਟ ਕੀਤਾ ਤੇ 2 ਦਿਨ ਬਾਅਦ ਇੱਕ ਵੀਡੀਓ ਰਿਲੀਜ਼ ਹੋ। ਅੱਛਾ, ਤੇ ਹੁਣ ਰੀਤ ਨੂੰ ਅੱਜ ਮਿਸ ਕਰ ਰਹੇ ਹੋ? ਖਾਣਾ ਪੀਣਾ ਇਕੱਠੇ ਨੇ, ਚਲੋ ਬਣਾਉਂਦੀ ਤਾਂ ਨਹੀਂ ਸੀ ਪਰ ਇਕੱਠੇ ਖਾਂਦੇ ਸੀ ਗਰਮ। ਸੋ ਉਹ ਚੀਜ਼ਾਂ ਮਿਸ ਜ਼ਰੂਰ ਕਰਦਾ। ਤੁਹਾਡਾ ਕੋਈ ਪਲਾਨ ਹੈ ਕੈਨੇਡਾ ਜਾਣ ਦਾ? ਹਾਂਜੀ ਹਾਂਜੀ, ਬਸ ਉਹ ਵੀ ਸਰਪ੍ਰਾਈਜ਼ ਦੇਣਾ ਜੀ। ਜਿਹੜੇ ਪਹਿਲਾਂ ਹੀ, ਕਿਉਂਕਿ ਗਾਣਿਆਂ ਦੀ ਜਿਹੜੀ ਪਲੈਨਿੰਗ ਸੀਗੀ ਮੇਰੀ, ਉਹ ਕਾਫੀ ਟਾਈਮ ਤੋਂ ਮੈਂ ਸਿਲੈਕਟ ਕਰਕੇ ਰੱਖੇ ਹੋਏ ਸੀਗੇ। ਮੈਨੂੰ ਸੀਗਾ ਕਿ ਆਪਾਂ ਅਗਰ ਅੱਗੇ ਆਉਣਾ ਤਾਂ ਸੋਸ਼ਲ ਸੌਂਗਸ ਲੈ ਕੇ ਆਪਾਂ ਅੱਗੇ ਆਈਏ। ਜਿਹੜਾ ਪਿਛਲਾ ਸੌਂਗ ਸੀ ਚਾਬੀਆਂ, ਉਹ ਵੀ ਸਾਡਾ ਸੋਸ਼ਲ ਮੈਸੇਜ ਸੀਗਾ ਇੱਕ, ਹੈ ਨਾ, ਕਿ ਇੱਕ ਕੁੜੀ ਜਦੋਂ ਘਰ ਤੋਂ ਵਿਦਾ ਹੁੰਦੀ ਆ ਤਾਂ ਉਹਦੀ ਕੀ ਫੀਲਿੰਗਸ ਨੇ, ਉਹ ਸਾਰੀਆਂ ਉਸ ਟਰੈਕ ਦੇ ਵਿੱਚ ਅਸੀਂ ਮਨਪ੍ਰੀਤ ਨਾਲ ਗਾਣਾ ਜਿਹੜੀ ਹੈਗੀ ਆ ਇੰਸਟਾਗ੍ਰਾਮ 'ਤੇ ਰੀਲ ਸਟਾਰ ਆ ਉਹ ਵੀ ਕੁੜੀ, ਹੈ ਨਾ, ਉਹਨੂੰ ਲੈ ਕੇ ਅਸੀਂ ਫਿਲਮਾਇਆ ਸੀਗਾ। ਅਤੇ ਉਹ ਵੀ ਇੱਕ ਸੋਸ਼ਲ ਸੌਂਗ ਸੀ। ਉਸ ਤੋਂ ਪਹਿਲਾਂ ਅਸੀਂ ਇੱਕ ਫੋਨ ਸੌਂਗ ਕਰਿਆ। ਫੋਨ ਸੌਂਗ ਜਿਹੜਾ ਹੈਗਾ ਉਹ ਇੱਕ ਮਦਰ ਫਾਦਰ ਦੀ ਸਿਚੁਏਸ਼ਨ ਨੂੰ ਦੱਸਦਾ, ਜਿਨ੍ਹਾਂ ਦੇ ਬੱਚੇ ਬਾਹਰ ਰਹਿੰਦੇ ਆ, ਚਾਹੇ ਉਹ ਇੱਥੇ ਇੰਡੀਆ 'ਚ ਹੀ ਬਾਹਰ ਰਹਿਣ, ਚਾਹੇ ਬਾਹਰ ਰਹਿਣ, ਹੈ ਨਾ, ਆਊਟ ਆਫ ਕੰਟਰੀ ਰਹਿਣ, ਬਟ ਇੱਕ ਸੋਸ਼ਲ ਮੈਸੇਜ ਕੋਸ਼ਿਸ਼ ਕਰਦੇ ਹਾਂ ਕਿ ਉਹ ਦਿੱਤਾ ਜਾਵੇ ਸਮਾਜ ਦੇ ਵਿੱਚ, ਹੈ ਨਾ। ਇਸ ਸੌਂਗ ਦੇ ਵਿੱਚ ਵੀ ਪੂਰਾ ਸੋਸ਼ਲ ਸੌਂਗ ਹੈ, ਤੁਸੀਂ ਹੁਣ ਸੁਣ ਲਿਆ, ਹੈ ਨਾ। ਅਤੇ ਇੱਕ ਹਸਬੈਂਡ ਵਾਈਫ ਦਾ ਜਿਹੜਾ ਰਿਲੇਸ਼ਨ ਹੈ ਉਹ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਕਰੀਏ ਇਹਦੇ ਵਿੱਚ ਵੀ। ਤਾਂ ਸਾਡੀ ਮਤਲਬ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕੋਈ ਵੀ ਟਰੈਕ ਕਰੀਏ ਤਾਂ ਉਹਦੇ ਵਿੱਚ ਇੱਕ ਮੈਸੇਜ ਹੋਵੇ, ਤਾਂ ਜੋ ਜਿਹੜੇ ਆਡੀਅੰਸ ਹੈਗੀ ਆ ਉਹਦੇ ਨਾਲ ਕਨੈਕਟ ਹੋ ਜਾਏ। ਆਪਾਂ ਲਾਈਵ ਹੀ ਸੁਣ ਲੈਂਦੇ ਹਾਂ। ਹਾਂ, ਲਾਈਵ ਸੁਣ ਲੈਂਦੇ ਹਾਂ ਜੀ। ਹੋਰਾਂ ਕੁੜੀਆਂ ਦੇ ਵਾਂਗੂ ਉਹ ਬੈਠਦੀ ਨਾ ਰੁੱਸ ਕੇ, ਸਬਜ਼ੀ ਬਣਾਉਂਦੀ ਮੇਰੀ ਫੇਵਰੇਟ ਪੁੱਛ ਕੇ। ਹੋਰਾਂ ਕੁੜੀਆਂ ਦੇ ਵਾਂਗੂ ਉਹ ਬੈਠਦੀ ਨਾ ਰੁੱਸ ਕੇ, ਸਬਜ਼ੀ ਬਣਾਉਂਦੀ ਮੇਰੀ ਫੇਵਰੇਟ ਪੁੱਛ ਕੇ। ਨਾ ਵੇਲੀ ਬੈਠਦੀ ਨਾ ਉਡਰਿਆ ਮਾਰਦੀ, ਨਾ ਵੇਲੀ ਬੈਠਦੀ ਨਾ ਉਡਰਿਆ ਮਾਰਦੀ, ਕੰਮ ਆਪਾਂ ਵੀ ਕਰਾਉਂਦੇ ਮਿਲ ਜੁਲ ਕੇ। ਠੰਡੇ ਜੇ ਸੁਭਾਅ ਦੇ ਮੁੰਡੇ ਨੂੰ ਉਹ ਕੁੜੀ ਤੱਤੇ ਹੀ ਖਵਾਉਂਦੀ ਫੁਲਕੇ। ਹਾਂਜੀ, ਸੁਭਾਅ ਆਪਣਾ ਠੰਡਾ ਹੀ ਹੈ ਜੀ। ਕਿੱਥੋਂ ਬਿਲੋਂਗ ਕਰਦੇ? ਮੇਰਾ ਪਿੰਡ ਮਾਨਸਾ ਜ਼ਿਲ੍ਹੇ 'ਚ ਹੋੜਲਾ ਕਲਾਂ ਪਿੰਡ ਹੈ ਜੀ ਮੇਰਾ। ਅਤੇ ਮੈਂ ਆਫਟਰ 10th 2006-07 ਤੋਂ ਮੈਂ ਆਪਣੀ ਸਟੱਡੀ ਹੈ ਜਿਹੜੀ, ਪਹਿਲਾਂ ਪਟਿਆਲਾ ਤੋਂ, ਫਿਰ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਮੈਂ ਬੀਟੈਕ ਇਨ ਮਕੈਨੀਕਲ ਕਰੀ ਆ, ਫਿਰ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦਾ ਵੀ ਰਿਹਾ 3-4 ਸਾਲ।
ਤੇ ਬਟ 2018 ਦੇ ਵਿੱਚ ਫਿਰ ਮੈਂ ਸੋਚਿਆ ਕਿ ਲੈਟਸ ਡੂ ਦਿਸ ਕਿਉਂਕਿ ਮੇਰਾ ਬਚਪਨ ਤੋਂ ਸੀਗਾ ਕਿ ਕਰੀਏ। ਸ਼ੇਰਾ ਭਾਜੀ ਨੇ ਕਿੱਦਾਂ ਮਤਲਬ ਕਨੈਕਟ ਹੋਏ ਹੋ? ਸ਼ੇਰਾ ਭਾਜੀ ਨੂੰ ਸਾਡੇ ਪ੍ਰੋਡਿਊਸਰ ਸਾਹਿਬ ਦੇ ਥਰੂ ਠੀਕ ਹੈ ਉਹਨਾਂ ਦੇ ਨਾਲ ਕਨੈਕਸ਼ਨ ਦੇ ਵਿੱਚ ਸੀਗਾ ਤੇ ਅਸੀਂ ਆਫਿਸ ਦੇ ਵਿੱਚ ਹੀ ਮਿਲੇ ਸੀਗੇ। ਫਿਰ ਇਹਨਾਂ ਦਾ ਕੰਮ ਦੇਖਿਆ ਭਾਜੀ ਦਾ ਹਨਾ ਵਧੀਆ ਲੱਗਿਆ ਕਿ ਲੱਗਿਆ ਸ਼ੇਰਾ ਭਾਜੀ ਦੇ ਥਰੂ। ਸਭ ਤੋਂ ਮੇਨ ਮੋਟਿਵ ਇਹ ਹੁੰਦਾ ਕਿ ਆਪਾਂ ਆਡੀਅੰਸ ਤੱਕ ਕਿੱਦਾਂ ਪਹੁੰਚਣਾ। ਇੱਕ ਐਜ ਲੈ ਕੇ ਚੱਲਣਾ ਪੈਂਦਾ ਕਿ ਜਿਹੜੇ ਆਲਰੇਡੀ ਫੇਮਸ ਆਰਟਿਸਟ ਹੈਗੇ ਯਾਰ ਉਹਨਾਂ ਨੂੰ ਨਾਲ ਲੈ ਲਓ ਤੇ ਫਰੈਸ਼ਰ ਵੀ ਨਾਲ। ਹੁਣ ਜਿਹੜੀ ਇਹ ਵੀਡੀਓ ਹੈਗੀ ਆ ਉਹਦੇ 'ਚ ਫਰੈਸ਼ਰ ਵੀ ਕੰਮ ਕਰ ਰਹੇ ਆ ਠੀਕ ਹੈ ਔਰ ਜਿਹੜੇ ਨਾਮੀ ਕਲਾਕਾਰ ਹੈਗੇ ਉਹ ਵੀ ਹੈਗੇ ਤਾਂ ਸਾਰੇ ਸਾਈਮਲਟੇਨੀਅਸਲੀ ਚੱਲਦਾ। ਸਾਰਿਆਂ ਨੂੰ ਫੇਮਸ ਨੂੰ ਲੈ ਕੇ ਵੀ ਨਹੀਂ ਕੰਮ ਹੁੰਦਾ ਤੇ ਇਕੱਲੇ ਫਰੈਸ਼ਰਸ ਨਾਲ ਵੀ ਨਹੀਂ ਤਾਂ ਮਿਲ ਜੁਲ ਕੇ ਕੰਮ ਹੁੰਦਾ ਜੀ। ਭਾਈ ਤੁਹਾਡੇ ਗਾਣੇ ਜ਼ਿਆਦਾ ਫੇਮਸ ਹੈ ਤੁਹਾਡੀ ਰੀਲਾਂ ਜਾਂ ਜਿਹੜੇ ਇੰਸਟਾ ਤੇ ਤੁਸੀਂ ਆਪ ਦੱਸੋਗੇ ਥੋੜਾ ਜਿਹਾ ਕਿਉਂਕਿ ਤੁਹਾਨੂੰ ਦੋਨਾਂ ਪਾਸੇ ਬਹੁਤ ਜ਼ਿਆਦਾ ਹਿੱਟ ਮਿਲਦੇ ਆ। ਆਪਾਂ ਤਾਂ ਦੋਨੋਂ ਪਾਸੇ ਚਲਾ ਲਈਦਾ ਦੇਖੋ ਜੀ। ਨਹੀਂ ਤੁਸੀਂ ਟਿਕਟੋਕ ਤੋਂ ਸਟਾਰਟ ਹੋਏ ਸੀ? ਹਾਂਜੀ ਆਪਾਂ ਟਿਕਟੋਕ ਤੋਂ ਸਟਾਰਟ ਕੀਤਾ ਸੀਗਾ ਬਟ ਜਿਵੇਂ ਇੱਕ ਹੁੰਦਾ ਨਾ ਕਿ ਪ੍ਰਮੋਸ਼ਨ ਕਰਨਾ ਗਾਣੇ ਨੂੰ ਆਪਾਂ ਕਿਵੇਂ ਪੁਸ਼ ਕਰ ਸਕਦੇ ਹਾਂ। ਸੋ ਮੇਨ ਮੋਟਿਵ ਹੁੰਦਾ ਸਾਡਾ ਰੀਲ ਤੋਂ ਬਿਕੋਜ਼ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਕੋਲੇ ਫੋਨ ਹੈਗਾ ਹਰ ਕਿਸੇ ਕੋਲੇ ਹੈਗਾ। ਸੋ ਵਿਹਲਾ ਬੰਦਾ ਬੈਠਾ ਰੀਲ ਵਗੈਰਾ ਦੇਖਦਾ ਉਹਦੇ ਬਾਅਦ ਗਾਣੇ ਕਿੱਥੋਂ ਕਲਿੱਕ ਹੁੰਦੇ ਆ ਕਈ ਵਾਰੀ ਪਤਾ ਨਹੀਂ ਹੁੰਦਾ। ਯੂਟਿਊਬ ਤੇ ਜਾ ਕੇ ਯੂਟਿਊਬ ਬਹੁਤ ਘੱਟ ਯੂਜ ਕਰਦਾ ਇੰਸਟਾਗ੍ਰਾਮ ਤਾਂ ਹਰ ਕੋਈ ਯੂਜ ਕਰਦਾ ਅੱਜ ਕੱਲ੍ਹ ਦੇ ਟਾਈਮ ਵਿੱਚ। ਫਿਰ ਉਹ ਵਾਰ ਵਾਰ ਜਦੋਂ ਰੀਲ ਵਾਰ ਆਉਂਦੀ ਹੈ ਫਿਰ ਉਹ ਪੁਸ਼ ਹੋ ਜਾਂਦਾ ਉਹਦੇ ਨਾਲ ਗਾਣਾ। ਫਿਰ ਓਬਵੀਅਸਲੀ ਤੁਸੀਂ ਕਹੋਗੇ ਕਿ 15 ਸੈਕਿੰਡ ਦੀ ਚੀਜ਼ ਦੇਖਦਾ ਪਿਆ ਜਾ ਕੇ ਮੈਂ ਪੂਰੀ ਵੀ ਸੁਣਾ ਯੂਟਿਊਬ ਦੇ ਉੱਤੇ। ਸੋ ਉਹਦੇ ਨਾਲ ਉਹ ਚੀਜ਼ ਪੁਸ਼ ਹੋ ਜਾਂਦੀ। ਤੁਹਾਡੇ ਆਪਣੇ ਗਾਣੇ ਬੜੇ ਅੱਛੇ ਹੈ। ਹਾਂਜੀ ਮੈਂ ਹੁਣ ਆਪਣਾ ਸਹੀ ਸਕੋਪ ਬਣਿਆ ਦਰਾਣੀ ਜਠਾਣੀ ਦਾ ਮਤਲਬ ਕਿ ਉਹ ਤੇਜੀ ਵੀਰੇ ਦੇ ਸ਼ੇਰੇ ਨੇ ਡਾਇਰੈਕਟ ਕੀਤਾ ਉਦੋਂ ਬਾਅਦ ਆਪਣਾ ਡਰੋ ਨਾ ਕਿਸੇ ਚੀਜ਼ ਤੋਂ ਜੋ ਵੀ ਤੁਹਾਡੇ ਟੈਲੈਂਟ ਹੈਗਾ ਉਹ ਅੱਗੇ ਲੈ ਕੇ ਆਓ ਕਿਸੇ ਨਾ ਕਿਸੇ ਨੂੰ ਜ਼ਰੂਰ ਲੱਗੇ ਜਾਓ। ਇੱਕ ਲਾਈਵ ਸੌਂਗ ਹੋਈ ਤੁਹਾਡਾ ਮੇਰਾ ਤਾਂ ਜੀ ਪਹਿਲਾ ਲਾਈਵ ਸੌਂਗ ਸੀ ਮੇਰੇ ਐਕਚੁਅਲੀ ਦੋ ਸੌਂਗ ਆਇਆ ਉਹਨਾਂ ਚੋਂ ਮੈਂ ਇੱਕ ਗਾਇਆ ਸੁਣਾਉਂਗਾ ਉਹਦੇ ਜੋ ਕਿਵੇਂ ਸੀ ਆਕੜਾਂ ਦੀ ਪੱਟੀ ਨੂੰ ਨੀ ਪੱਟ ਲਿਆ ਜੱਟ ਨੇ ਚਾਂਦੀ ਦੀ ਡੱਬੀ ਚ ਪਾ ਕੇ ਰੱਖ ਲਿਆ ਜੱਟ ਨੇ ਆਕੜਾਂ ਦੀ ਪੱਟੀ ਨੂੰ ਨੀ ਪੱਟ ਲਿਆ ਜੱਟ ਨੇ ਚਾਂਦੀ ਦੀ ਡੱਬੀ ਚ ਪਾ ਕੇ। ਥੈਂਕ ਯੂ ਸੋ ਮਚ। ਸ਼ੇਰਾ ਭਾਈ ਤੁਸੀਂ ਵੀ ਦੱਸ ਦਿਓ ਥੋੜੇ ਕਿੱਥੇ ਸ਼ੂਟ ਕਰਕੇ ਹੋ ਕਿੱਦਾਂ ਸ਼ੂਟ ਕੀਤਾ? ਆਪਾਂ ਸ਼ੂਟ ਕੀਤਾ ਹੈ ਖਾਨਪੁਰ ਸਟੂਡੀਓ ਥੋੜਾ ਜ਼ੋਰ ਦੀ ਭਾਈ ਖਾਨਪੁਰ ਸਟੂਡੀਓ ਇਧਰ ਆਇਆ ਭਾਈ ਖਰੜ ਮੇ ਉਧਰ ਸ਼ੂਟ ਕਰਾ ਦਾ। ਕਿਹਦੇ ਤੋਂ ਤੰਗ ਹੋਏ ਜ਼ਿਆਦਾ? ਹਾਂਜੀ ਕਿਹਦੇ ਤੋਂ ਤੰਗ ਹੋਏ ਮਤਲਬ ਚੁੱਪ ਬੈਠੇ? ਨਹੀਂ ਭਾਈ ਸੁਣਾਉਣਾ ਹੋ ਰਾਵਾਂ 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 ਜੁਗ ਜੁਗ ਰਹਿਣ ਵਸਦੇ ਰੱਬਾ ਲੱਗਣ ਨਾ ਤੱਤੀਆਂ ਹਵਾਵਾਂ ਰਹਿੰਦੇ ਬਾਡੀ ਗਾਰਡ ਬਣ ਕੇ ਟੌਰ ਭੈਣਾਂ ਦੀ ਵੀ ਨਾਲੇ ਪਰਾਵਾਂ ਉੱਤੋਂ ਉੱਤੋਂ ਰਹਿਣ ਲੜਦੇ ਉਂਝ ਦੋਵੇਂ ਹੱਥੀਂ ਕਰਦੇ ਨੇ ਛਾਵਾਂ ਬੇਬੇ ਜੀ ਦੇ ਹੁੰਦੇ ਲਾਡਲੇ ਬਾਪੂ ਦੀਆਂ ਹੁੰਦੇ ਨੇ ਬਾਵਾਂ ਹੋ